ਵਾਦ ਤਾਂ ਸਾਰਾ ਪਰਿਵਾਰ ਬਾਜਾ ਵਾਲੇ ਨੇ, ਵਾਦ ਤਾਂ ਸਾਰਾ ਪਰਿਵਾਰ, ਵਾਦ ਤਾਂ ਸਾਰਾ ਪਰਿਵਾਰ ਬਾਜਾ ਵਾਲੇ ਨੇ, ਵਾਦ ਤਾਂ ਸਾਰਾ ਪਰਿਵਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗਗਨ ਤਮਾਮਾ ਬਾਦੀਓ ਪਰੇ ਨਿਸ਼ਾਨੇ ਘਾਓ, ਖੇਤ ਜੋ ਮੰਡ ਸੁਰਮਾ ਅਬਦੂ ਜਨ ਕੋ ਦਾਓ, ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀ ਕਾ ਹੈ ਤਾਂ ਪੁਰਜਾ ਪੁਰਜਾ ਕੱਟ ਮਰਾ ਕਬਨਾ ਛਾਡਾ ਖੇਤ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਮਣ ਕੀ ਰੇਣਕਾ ਤੋਂ ਆਓ ਹਮਾਰੇ ਪਾਸ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸਦੇ ਬੈਠੇ ਗੁਰੂ ਦੇ ਪਿਆਰ ਵਾਲਿਓ, ਮੈਂ ਇੱਕ ਬੇਨਤੀ ਕਰਾਂ ਕਿ ਅਸਲ ਝਾੜ ਜਿਹੜਾ ਸਿੱਖੀ ਦਾ ਨਾ ਹੁਣ ਪਤਾ ਲੱਗਣਾ, ਜਿਹੜਾ ਅਸਲ ਝਾੜ ਹੈ ਕਿ ਜਿਹੜੇ ਪਹਿਲਾਂ ਆਪਾਂ ਦੋ ਤਿੰਨ ਘੰਟੇ ਬੈਠੇ ਨਾ, ਇਹ ਤਾਂ ਆਪਾਂ ਵੇਖਿਆ ਵੀ ਪੱਕੀਆਂ ਪਕਾਈਆਂ ਮਿਲ ਗਈਆਂ ਗੁਰਦੁਆਰੇ 'ਚ, ਲੰਗਰ ਛਕ ਲਿਆ ਅਤੇ ਹੁਣ ਦੋ ਘੰਟੇ ਬਹਿਲੇ ਨੇ। ਅਸਲ ਜਿਹੜੀਆਂ ਹਾਜ਼ਰੀਆਂ ਹੁਣਦੀਆਂ, ਕਿਉਂਕਿ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮਾ ਜਾਗ। ਜਿਹੜਾ ਹੁਣ ਨੀਂਦਰੇ ਨੂੰ ਤਿਆਗ ਕੇ ਹੁਣ ਬਹਿਣਾ, ਇਹ ਘੜੀਆਂ ਲੇਖੇ 'ਚ ਲੱਗਣ ਵਾਲੀਆਂ। ਜਿਹੜੀਆਂ ਸੰਗਤਾਂ ਬਾਹਰ ਗਈਆਂ ਨੇ, ਮੈਂ ਬੇਨਤੀ ਕਰਾਂ ਪਿੱਛੇ ਮੁੜੇ, ਉਹ ਤਾਂ ਚੰਗੀ ਬਾਤ ਹੈ, ਕਿਉਂਕਿ ਸੰਗਤ ਵਿੱਚ ਤਿੰਨ ਪ੍ਰਕਾਰ ਦੀ ਸੰਗਤ ਆਉਂਦੀ ਹੈ, ਤਿੰਨ ਪ੍ਰਕਾਰ ਦੇ ਮਨੁੱਖ ਆ। ਇੱਕ ਹੁੰਦੇ ਨੇ ਗੁਰਮੁਖ, ਮੈਂ ਫਤਿਹ ਦੀ ਸ਼ਾਮ ਹੁਣ ਬਾਅਦ ਵਿੱਚ ਪਾਵਾਂਗਾ, ਪਹਿਲਾਂ ਤੁਹਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰਾਂ। ਸੰਗਤ ਵਿੱਚ ਆਉਣ ਵਾਲੇ ਦੀ ਗਿਣਤੀ ਹੈ ਤਿੰਨ ਪ੍ਰਕਾਰ ਦੀ, ਇੱਕ ਹੁੰਦੇ ਨੇ ਗੁਰਮੁਖ, ਇੱਕ ਹੁੰਦੇ ਨੇ ਮਨਮੁਖ, ਇੱਕ ਹੁੰਦੇ ਨੇ ਬੇਮੁਖ। ਗੁਰਮੁਖ ਜਨ ਘਰੋਂ ਸਮਾਂ ਕੱਢ ਕੇ ਆਉਂਦਾ, ਦੀਵਾਨ ਵਿੱਚ ਬਹਿੰਦਾ, ਕੁਝ ਸੁਣਦਾ, ਯਤਨ ਕਰਦਾ, ਆਪਣੇ ਜੀਵਨ ਨੂੰ ਪਲਟਾ ਦੇ ਕੇ ਜਾਂਦਾ, ਉਹ ਗੁਰਮੁਖ ਬਣ ਜਾਂਦਾ। ਮਨਮੁਖ ਘਰੋਂ ਆ ਜਾਂਦਾ, ਦੀਵਾਨ ਵਿੱਚ ਵੀ ਬਹਿ ਜਾਂਦਾ, ਨਾ ਆਪ ਕੁਝ ਸੁਣਨਾ, ਨਾ ਨਾਲ ਦੇ ਨੂੰ ਕੁਝ ਸੁਣ ਦੇਣਾ, ਬੈਠੇ ਗੱਲਾਂ ਬਾਤਾਂ ਕਰੀ ਜਾਣੀਆਂ। ਕਿੰਨੇ ਕੁ ਪੈਸੇ ਦਿੱਤੇ ਹੋਣਗੇ ਅਮਰੀਕ ਸਿੰਘ ਨੂੰ, ਕਿੰਨੇ ਕੁ ਪੈਸੇ ਦਿੱਤੇ ਹੋਣਗੇ ਵਾਰਸ ਨੂੰ, ਬਹੁਤਾ ਫਿਕਰ ਹੁੰਦਾ ਗਿਣਤੀ ਮਿਣਤੀ ਦਾ, ਜਾਂ ਕਮਜ਼ੋਰੀਆਂ ਫੜੀ ਜਾਣੀਆਂ ਪ੍ਰਚਾਰ ਕਰਨੀਆਂ। ਇਹ ਮਨਮੁੱਖਾਂ ਦਾ ਕੰਮ ਹੈ। ਅਤੇ ਬੇਮੁੱਖ, ਬੇਮੁੱਖ ਘਰੋਂ ਆ ਜਾਂਦਾ, ਲੰਗਰ ਪ੍ਰਸ਼ਾਦਾ ਛਕਿਆ, ਕੋਈ ਇੱਧਰ ਘੁੰਮ ਕੇ ਮੁੜ ਗਿਆ, ਕੋਈ ਉੱਧਰ ਘੁੰਮ ਕੇ ਮੁੜ ਗਿਆ, ਉਹਨਾਂ ਦੇ ਬਾਅਦ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਜੋ। ਤੁਸੀਂ ਕਿਹੜੀ ਸ਼੍ਰੇਣੀ 'ਚ ਦਾਖਲਾ ਲੈਣਾ, ਅਗਲੀਆਂ ਗੱਲਾਂ ਮੈਂ ਤੁਹਾਡੇ 'ਤੇ ਛੱਡੀਆਂ, ਕਿ ਤੁਸੀਂ ਗੁਰਮੁੱਖ ਬਣਨਾ ਕਿ ਮਨਮੁੱਖ ਬਣਨਾ ਕਿ ਬੇਮੁੱਖ ਰਹਿਣਾ, ਇਹ ਅਗਲੀਆਂ ਬਾਤਾਂ ਤੁਹਾਡੇ 'ਤੇ ਨੇ। ਪਰ ਜਿੰਨੇ ਵੀ ਸਰੀਰ ਹੁਣ ਬੈਠੇ ਹੋਣਾ, ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਭਾਵੇਂ 5 ਮਿੰਟ ਪਹਿਲਾਂ ਸਮਾਪਤੀ ਕਰਦਾ, ਸੁਣੋਗੇ ਤੇ 15 ਮਿੰਟ ਉੱਪਰ ਵੀ ਲੱਗ ਜਾਣਗੇ, ਜੇ ਉੱਠ ਕੇ ਜਾਣ ਦਾ ਯਤਨ ਕਰੋਗੇ ਬੁਲਾਰੇ ਦੀ ਧਿਰਤਾ ਟੁੱਟ ਜਾਂਦੀ ਹੈ, ਤੁਸੀਂ ਮੇਰੇ ਦੇਣਦਾਰ ਨਹੀਂ ਹੋਵੋਗੇ, ਤੁਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਦੇਣਦਾਰ ਹੋਵੋਗੇ, ਜਿਹਦੇ ਪ੍ਰਕਰਨ ਆਪਾਂ ਵਿੱਚੋਂ ਛੱਡ ਕੇ ਜਾਵਾਂ। ਆਓ ਗੁਰੂ ਦੀ ਗੋਦ ਵਿੱਚ ਬੈਠੇ ਹੋ, ਸੱਚੇ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਦਾ ਦਿੱਤਾ ਹੋਇਆ ਨਾ, ਬੁਲੰਦ ਆਵਾਜ਼ ਵਿੱਚ ਬੁਲਾਉਣ ਦਾ ਯਤਨ ਕਰੀਏ। ਜਿਸ ਦਾਤ ਸੱਚੇ, ਜਿਹੜੀ ਦਾਤ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ 'ਚ ਪਾਈ ਹੈ, ਉਹ ਫਤਿਹ ਤੇ ਫਤਿਹ ਬੁਲਾਉਣ ਲੱਗਿਆਂ ਆਪਣੇ ਆਪ ਦੋ ਵੇਰਾ ਵਾਹਿਗੁਰੂ ਸ਼ਬਦ ਦਾ ਸਿਮਰਨ ਹੋ ਜਾਂਦਾ, ਤੇ ਇਹਦਾ ਮਤਲਬ ਫਤਿਹ ਸਿਮਰਨ ਹੈ, ਤੇ ਸਿਮਰਨ ਉਹ ਪ੍ਰਾਣੀ ਕਰਦਾ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ। ਹੁਣ ਜਿਹੜੇ ਤਾਂ ਗੱਜ ਕੇ ਫਤਿਹ ਬੁਲਾਉਣਗੇ, ਉਹ ਸਮਝ ਲਓ ਵੀ ਸਾਡੇ ਉੱਤੇ ਗੁਰੂ ਦੀ ਕਿਰਪਾ ਹੈ, ਤੇ ਜਿਹੜੇ ਫਤਿਹ ਬੁਲਾਉਣ ਤੋਂ ਵਾਂਝੇ ਰਹਿ ਗਏ ਉਹ ਸਮਝ ਲਓ ਵੀ ਸਾਡੇ ਉੱਤੇ ਹਾਲੇ ਗੁਰੂ ਦੀ ਕਿਰਪਾ ਹੋਈ। ਪਰ ਗੁਰੂ ਕਿਰਪਾ ਕਰੇ ਆਪਣੇ ਸਾਰਿਆਂ ਦੇ ਉੱਤੇ, ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਦਿੱਤੀ ਹੋਈ ਦਾਤ, ਇਹ ਫਤਿਹ 4 ਅੱਖਰਾਂ ਦਾ ਜੋੜ ਹੈ ਵਾਹਿਗੁਰੂ ਸ਼ਬਦ, 4 ਅੱਖਰਾਂ ਦਾ ਸੁਮੇਲ ਹੈ ਵਾਹਿਗੁਰੂ ਸ਼ਬਦ, ਵਾਹ ਵਾਹ ਵਾਸ ਦੇਵ ਕਾ ਜਾਪ ਹਾ ਹਾ ਹਰ ਕਾ ਵੱਡਾ ਪ੍ਰਤਾਪ। ਥੋੜੀ ਬਾਅਦ ਘੱਟ ਕਰਦੇ ਵੀਰੇ, ਵਾਹ ਵਾਹ ਵਾਸ ਦੇਵ ਕਾ ਜਾਪ ਹਾ ਹਰ ਕਾ ਵੱਡਾ ਪ੍ਰਤਾਪ, ਗੱਗਾ ਗੋਬਿੰਦ ਗੁਣੀ ਨਿਧਾਨ ਰਾਰਾ ਰਾਮ ਨਾਮ ਪ੍ਰਧਾਨ, ਵਾਹਿਗੁਰੂ ਮੰਤਰ ਕੇ ਅੱਖਰ 4, ਜੋ ਜਨ ਜਪੈ ਸੋ ਉਤਰੈ ਪਾਰ। ਜਿਹੜਾ 4 ਅੱਖਰ ਨਹੀਂ ਕਹਿ ਸਕਦਾ ਵਾਹਿਗੁਰੂ ਸ਼ਬਦ ਵਾਲੇ, ਜਿਹੜਾ 4 ਅੱਖਰ ਨਹੀਂ ਕਹਿ ਸਕਦਾ ਸੁੱਖ ਦੁਨੀਆਂ ਦੇ ਨਹੀਂ ਲੈ ਸਕਦਾ। ਹਰ ਜੀਓ ਗੁਫਾ ਅੰਦਰ ਆ ਕੇ ਬਾਜਾ ਪਾਉਣਾ ਜਾ,
ਬਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀ ਹੈ ਦਸਵਾ ਗੁਪਤ ਪ੍ਰਖਾ ਗੁਪਤ ਪ੍ਰਖਾ ਇਹ ਉਸ ਪ੍ਰਭੂ ਪਿਤਾ ਪਰਮਾਤਮਾ ਨੇ ਰੱਖਿਆ ਬਾਜਾ ਬਾਜਾ ਔਰ ਇਸ ਬਾਜੇ ਨੂੰ ਨਿਰੰਤਰ ਵੱਜਦਾ ਰੱਖਣ ਵਾਸਤੇ ਲੋਕੀ ਲੱਖਾਂ ਰੁਪਈਆ ਚੱਕੀ ਫਿਰਦੇ ਰੱਬ ਨੇ ਕਰੇ ਕਿਸੇ ਦਾ ਸੱਟ ਕੋਟ ਲੱਗ ਜਾਵੇ ਕਿਸੇ ਦਾ ਐਕਸੀਡੈਂਟ ਹੋ ਜਾਵੇ ਕੋਈ ਬਿਮਾਰ ਹੋ ਜਾਵੇ ਲੋਕੀ ਦਵਾਈਆਂ ਪਾਉਣ ਲੱਗ ਜਾਂਦੇ ਨੇ ਉਹ ਬਰਾਬਰ ਪੈਸੇ ਪਾ ਦਿਓ ਇਹ ਮਰਨਾ ਨਹੀਂ ਚਾਹੀਦਾ ਇਹ ਬਚਣਾ ਚਾਹੀਦਾ ਕੰਮ ਭਾਵੇਂ ਦਵਾਨੀ ਦਾ ਨਾ ਕਰੇ ਬੈਠਾ ਸਾਡੇ ਨਾਲ ਗੱਲਾਂ ਕਰਨ ਜੋਗਾ ਚਾਹੀਦਾ ਇਹਦਾ ਮਤਲਬ ਬਾਜਾ ਬਾਜਾ ਸੁਣਨਾ ਚਾਹੁੰਦੇ ਪਰ ਜਿਹੜੇ ਪਰਮਾਤਮਾ ਦੀ ਕਿਰਪਾ ਨਾਲ ਇਹ ਬਾਜਾ ਵੱਜ ਰਿਹਾ ਜੇ ਉਹਦਾ ਹੀ ਨਾਂ ਲੈਣ ਵਾਸਤੇ ਨਾਂ ਵੱਜੇ ਫਿਰ ਤੇ ਨਾਮ ਤਾਂ ਹੈ ਨਾ ਮਨੁੱਖਾਂ ਦੇ ਹੀ ਦੇ ਪਰ ਇੱਕ ਗੱਲ ਹੋਰ ਯਾਦ ਰੱਖਿਓ ਜਿੱਦਣ ਉਹਦਾ ਰੱਖਿਆ ਬਾਜਾ ਵੱਜਣੋਂ ਬੰਦ ਹੋ ਗਿਆ ਨਾ ਫਿਰ ਭਜਾਵੋ ਜਿੰਨੀ ਮਰਜ਼ੀ ਐਂਬੂਲੈਂਸ ਫਿਰ ਨਹੀਂ ਬੋਲਦਾ ਇਸ ਕਰਕੇ ਜਦੋਂ ਵੀ ਗੁਰੂ ਦੀ ਗੋਦ ਚਾਹੁੰਦੇ ਹੋ ਨਾ ਸੱਜਦੇ ਹੋ ਬਹਿੰਦੇ ਹੋ ਉੱਠਦੇ ਹੋ ਉਦੋਂ ਗੱਜ ਕੇ ਫਤਿਹ ਦੀ ਸਾਂਝ ਪਾਇਆ ਕਰੋ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਇਹ ਫਤਿਹ ਦੀ ਦਾਤ ਦਿੱਤੀ ਹੈ ਤੇ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਾਜਿਆ ਸਿੰਘ ਤੇ ਸਿੰਘ ਦਾ ਅਰਥ ਵਿਦਵਾਨਾਂ ਨੇ ਕੀ ਕੱਢਿਆ ਸਿੰਘ ਸ਼ਬਦ ਦਾ ਅਰਥ ਵਿਦਵਾਨਾਂ ਨੇ ਕੱਢਿਆ ਸ਼ੇਰ ਤਾਂ ਸ਼ੇਰ ਫਿਰ ਪਿਆਰੋ ਦਹਾੜਾ ਪਾਉਂਦਾ ਹੀ ਚੰਗਾ ਲੱਗਦਾ ਸ਼ੇਰਾਂ ਦੇ ਜਵਾਨਾਂ ਨੂੰ ਕਿ ਠੱਗ ਸੁਣਾ ਜਿਹਦੀ ਜਵਾਨ ਚ ਫਤਿਹ ਉਹਦੀ ਜਹਾਨ ਚ ਫਤਿਹ ਜਿਹਦੀ ਬੁੱਲਾਂ ਚ ਫਤਿਹ ਉਹਦੀ ਕੁੱਲਾਂ ਚ ਫਤਿਹ ਜਿਹਦੀ ਰਾਗ ਚ ਫਤਿਹ ਉਹਦੀ ਜੱਗ ਚ ਫਤਿਹ ਜਿਹੜਾ ਬੁਲਾਉਂਦਾ ਢਿੱਲੀ ਫਤਿਹ ਉਹਨੂੰ ਕਦੇ ਨਾ ਮਿਲੀ ਫਤਿਹ ਜਿਹੜਾ ਫਤਿਹ ਬੁਲਾਉਂਦਾ ਗੱਜ ਕੇ ਉਹਨੂੰ ਫਤਿਹ ਮਿਲਦੀ ਹੈ ਭੱਜ ਕੇ ਫਿਰ ਬੈਠੋ ਦੀ ਸੱਜ ਕੇ ਆਖੋ ਦੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀਬਾਂ ਦੀ ਬਾਣੀ ਦਾ ਫਰਮਾਨ ਹੈ ਜਿੱਥੇ ਨਾਮ ਜਪੀਏ ਭਰਾ ਪਿਆਰੇ ਸੇ ਆਸਨ ਸੋਹੇ ਚਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਦਾ ਸਹੀ ਨਗਰ ਉਜਾੜੀ ਜੀ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਕੁੱਲ ਪੰਜਾਬ ਦੇ ਵਿੱਚ ਲਗਭਗ 13,000 ਪਿੰਡ ਹੈ ਤੇ ਸਾਰਿਆਂ ਪਿੰਡਾਂ ਦੇ ਉੱਤੇ ਗੁਰੂ ਦੀ ਕਿਰਪਾ ਨਹੀਂ ਕਿ ਸਾਰਿਆਂ ਪਿੰਡਾਂ ਦੇ ਵਿੱਚ ਇਹ ਕੀਰਤਨ ਦਰਬਾਰ ਸਜਣ ਜਿਹੜੇ ਨਗਰ ਨਿਵਾਸੀ ਗੁਰੂ ਦੀਆਂ ਨਜ਼ਰਾਂ ਵਿੱਚ ਭਾਉਂਦੇ ਨੇ ਗੁਰੂ ਨੂੰ ਪਿਆਰੇ ਲੱਗਦੇ ਨੇ ਤੇ ਸੱਚਾ ਪਾਤਸ਼ਾਹ ਉਹਨਾਂ ਉੱਤੇ ਤਰਸ ਕਰਕੇ ਆਪਣੇ ਦਰ ਘਰ ਦੀ ਸੇਵਾ ਲੈਂਦਾ ਹੈ ਉਹ ਪਿਆਰੇ ਭਾਵੇਂ ਨਗਰ ਦੇ ਵਿਦੇਸ਼ਾਂ ਵਿੱਚ ਵੱਸਦੇ ਹੋਣ ਚਾਹੇ ਆਪਣੇ ਵਤਨ ਵਿੱਚ ਰਹਿੰਦੇ ਹੋਣ ਕੋਈ ਨਾ ਕੋਈ ਹੀਲਾ ਵਸੀਲਾ ਬਣ ਜਾਂਦਾ ਤੇ ਇਹ ਕੀਰਤਨ ਦਰਬਾਰ ਅਣਬੇ ਗਏ ਜੋ ਤੁਹਾਡੇ ਹਿੱਸੇ ਵਿੱਚ ਇਹ ਚੀਜ਼ਾਂ ਆਈਆਂ ਕਿ ਸੰਧਿਆ ਦੇ ਟਾਈਮ ਤੋਂ ਲੈ ਕਰਕੇ ਹੁਣ ਤੱਕ ਆਪ ਜੀ ਗੁਰੂ ਕੀ ਗੋਦ ਵਿੱਚ ਬੈਠੇ ਹੋ ਗੁਰੂ ਕੇ ਮਹਾਨ ਕੀਰਤਨੀਆਂ ਨੇ ਕੀਰਤਨ ਦੀ ਸਾਂਝ ਪਾਈ ਮੇਰੇ ਤੋਂ ਪਹਿਲਾਂ ਭਾਈ ਅਮਰੀਕ ਸਿੰਘ ਦੀ ਚੰਡੀਗੜ੍ਹ ਵੱਲ ਜਿਹੜੇ ਆਪਦੇ ਦੇ ਨਾਲ ਕਥਾ ਵਿਚਾਰਾਂ ਸਾਂਝੀਆਂ ਕਰ ਰਹੇ ਸਨ ਇਸ ਕਰਕੇ ਮੈਨੂੰ ਹੁਣ ਕੋਈ ਭੂਮਿਕਾ ਬੰਨਣ ਦੀ ਲੋੜ ਨਹੀਂ ਮੈਂ ਬਿਨਾਂ ਭੂਮਿਕਾ ਬੰਨਿਆ ਤੁਹਾਡੇ ਚਰਨਾਂ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਪ ਜੀ ਸੁਣ ਚੁੱਕੇ ਹੋ ਮੈਂ ਅਗਲੀਆਂ ਬਾਤਾਂ ਪਾਉਣ ਦਾ ਯਕਨ ਕਰ ਹੋ ਸਕਦਾ ਉਹ ਬਾਤਾਂ ਪਾਉਂਦਿਆਂ ਕੁਝ ਕੌੜੀਆਂ ਤੇ ਕੁਝ ਮਿੱਠੀਆਂ ਗੱਲਾਂ ਹੋਣ ਮਿੱਠੀਆਂ ਉਹ ਕਿ ਜਿਹਦੇ ਵਿੱਚ ਤੁਹਾਡੀ ਵਡਿਆਈ ਹੈ ਤੁਹਾਡੀ ਸੋਭਾ ਤੁਹਾਡੀ ਪੁਸਤਕ ਹੈ ਕੌੜੀਆਂ ਉਹ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਡੇ ਲਈ ਕੀ ਕੀਤਾ ਤੇ ਅਸੀਂ ਅੱਜ ਸੱਚੇ ਪਾਤਸ਼ਾਹ ਲਈ ਕੀ ਕਰ ਰਹੇ ਹਾਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਸਤਿਗੁਰੂ ਨੇ ਕਰ ਦਿੱਤੇ ਹੁਣ ਤੁਹਾਡਾ ਮਨ ਥੋੜ੍ਹਾ ਜਿਹਾ ਗੁਰੂ ਚਰਨਾਂ ਨਾਲ ਜੁੜ ਜਾਵੇ ਤਨ ਕਲਗੀਆਂ ਵਾਲਾ ਪਾਤਸ਼ਾਹ ਯਾਦ ਰੱਖੋ ਸਿੱਖੋ ਸੱਚੇ ਪਾਤਸ਼ਾਹ ਨੇ ਸਾਡੇ ਉੱਪਰ ਦੀ ਆਪਣੇ ਚਾਰ ਪੁੱਤ ਮਾਰੇ ਬੱਚਾ ਜਾਣਦਾ ਥੋੜ੍ਹਾ ਜਿਹਾ ਸਿਰ ਮਾਰੀ ਜਾਏ ਉਹ ਹਾਂ ਵਿੱਚ ਚਾਰ ਪੁੱਤ ਮਾਰੇ ਤੇ ਵਾਰਨਾ ਕਿਹਨੂੰ ਕਹਿੰਦੇ ਜਿਹੜੇ ਆਪਾਂ ਰੁਪਈਏ ਵਾਰਦੇ ਨਾ ਕਿਸੇ ਤੋਂ ਕਿਸੇ ਗਾਉਣ ਵਾਲੇ ਤੋਂ ਕਿਸੇ ਖੇਡਣ ਵਾਲੇ ਤੋਂ ਕਿਸੇ ਚੰਗਾ ਪੜ੍ਹਨ ਵਾਲੇ ਤੋਂ ਤੁਸੀਂ ਰਾਗੀਆਂ ਢਾਡੀਆਂ ਨੂੰ ਅੱਗੇ ਮਾਰ ਰੱਖਣੀ ਇਹ ਵਾਰਨਾ ਇਹਨੂੰ ਕਹਿੰਦੇ ਆ ਵਾਰਨਾ ਤੁਹਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ ਕਲਗੀਆਂ ਵਾਲੇ ਪਾਤਸ਼ਾਹ ਨੇ ਦੇਣੇ ਲੈਣੇ ਨੇ ਕੁਝ ਆਪਣੇ ਨਾਲ ਦੇਣੇ ਲੈਣੇ ਜਿੰਨੀ ਕੁ ਸੰਗਤ ਆਪਦੀ ਬੈਠੇ ਹੋ ਨਾ ਮਾੜੇ ਤੋਂ ਮਾੜਾ ਬੰਦਾ ਆਪਣੇ ਧੀ ਪੁੱਤ ਦਾ ਵਿਆਹ ਕਰੇ ਤੇ ਇਹਦੇ ਨਾਲ ਉਹ ਦੁੱਗਣੇ ਚੁੱਗਣੇ ਜੁੜ ਜਾਂਦੇ ਕਿਉਂ ਜੁੜਦੇ ਕਿਉਂਕਿ ਦੇਣੇ ਲੈਣੇ ਦੁਨੀਆ ਦੇ ਕਿ ਅਗਲਾ ਨੇ ਸਾਡੇ ਮੁੰਡੇ ਦੇ ਵਿਆਹ ਤੇ 1100 ਦਿੱਤਾ ਅਸੀਂ 2100 ਕਰਕੇ ਮੋੜ ਕੇ ਪਾਈ ਤੇ ਦੇਣੇ ਲੈਣੇ ਨੇ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਦੇਣੇ ਲੈਣੇ ਕੌਣ ਕਰੇਗਾ ਤੁਸੀਂ ਆਖੋ ਕਿ ਗਾਂਧੀ ਜੀ ਇਹ ਕਿਹੜਾ ਦੇਣੇ ਲੈਣੇ ਇੱਕ ਦੁਨਿਆਵੀ ਰੀਤ ਦੱਸਣ ਲੱਗਾ ਜਿਹੜੀਆਂ ਤੁਸੀਂ ਘਰਾਂ ਵਿੱਚ ਨਵਾਉਂਦੇ ਹੋ ਜਦੋਂ ਸਾਡਾ ਪੁੱਤ ਵਿਆਹਣ ਜਾਂਦਾ ਤੇ ਤੁਸੀਂ ਅਕਸਰ ਇੱਕ ਗੱਲ ਵੇਖਦੇ ਹੋ ਕਿ ਪਿਓ ਦੇ ਹੱਥ ਵਿੱਚ ਇੱਕ ਲਾਲ ਰੰਗ ਦੀ ਥੈਲੀ ਹੁੰਦੀ ਹੈ ਵੇਖਦੇ ਹੋ ਜੇ ਬਾਬਾ ਚੜ੍ਹਦੀ ਕਲਾ ਵਿੱਚ ਤੇ ਬਾਬੇ ਦੇ ਹੱਥ ਵਿੱਚ
जे प्यो चढ़ती कला में प्यो के हाथ में है। पुराने लोग मोहरा पाते फिर सिक्के पैन लग गए, अजकल नोट पाए जाते पैसे। बाप के हाथ च लाल रंग की थैली है, ते बाप पुत नूं व्याहुण गया। जदों आनंद कारज होए सुभागी जोड़ी के सिर उपर दी बाप ने एक बार वो थैली मार दी। लोग कहिंदे सरदार की करदा, कहिंदे सरदार अज खुशी विच है, अज माण विच आ गया कि उन्हें अपना पुत व्याह लिया, अज नूंह वाला बन गया सरदार। सरदार अज नूंह वाला बन गया, वो माण विच अपने पुत दे सिर उपर दी थैलियां मार दी। ते बाप अपने पुत्र के सिर उपर की थैली वास्ते की कहिंदा, ओ कहिंदा लै पुत्रा मैं अपनी सारी जिंदगी की कमाई तेरे उपर दी वार दित्ती। बाप कहिंदा लै पुत्रा मैं सारी जिंदगी का पैसा सारी जिंदगी की कमाई तेरे उपर दी वार दित्ती है, पर वाह बाजा वाले तैं ते ओ पोते साडे उपर दी वार दित्ते जिन्हां उतों दी तू थैलियां वार दियां सी। मरदा जग सारा तेरी शान उते पत्थरी लोहे दे तैं बरसाते और किसे भर के हुक्मरान उते सच्चे पातशाह। क्योंकि वारना बंदा उदों करदा जदों कोई चंगा गाउंदा होवे, चंगा नचदा होवे, चंगा खेडदा होवे, चंगी कलाकारी होवे, बंदा खुश होकर उहदे उपर दी वारना करदा। पक्की बात है। फिर सोचो कि कलगियां वाले पातशाह नूं साडे विच कहड़ी चीज चंगी लगी, कि सच्चे पातशाह नूं असीं किन्ने सोहणे लगे, कि सतगुरू इन्ना खुश होया साडे तों कि खुश होए ने अपने पुत्रां दे वारने कर दित्ते। आखो सतनाम श्री वाहिगुरु। कि चौजी प्रीतम दी दित्तियां कुरबानियां दी असीं किन्नी कदर कर रहे हूँ। अगली बात पैन लगी है चमकौर की गढ़ी तक इतिहास तो सानूं सुणो। मैं अगली गल तुहाडे नाल करना चाहुंदा चमकौर तो वाया सरहंद हुंदिआं आउंदिआं ना दो तीन कप तक करदी वाला पातशाह चमकौर की गढ़ी। बाबा जवाहर सिंह की शहीदी आप जी सुन चुके हो तो मैं माफ करो, हुण चौजी प्रीतम आप लगा कमल कसा बन्न पर संघ की आरंभता हुई। एक बार आखो सतनाम श्री वाह। सतगुरु कहना मैं लड़ा मना ने जग मेरे पुत शहीद हो पे गए। भाई दया सिंह धर्म सिंह मान सिंह को आ गया, सच्चे पातशाह तुसीं पंथ नूं इन्ना हक दिता कि पंथ तुहानूं हुक्म कर सकदा, ते इह पंथ तुहानूं हुक्म कर रहा कि तुसीं गढ़ी नूं छड्ड दिओ। ये पंथ तुहाडे कोल होर सेवा लैणी चाहुंदा। कलगियां वाले पातशाह ने पंथ का हुक्म सर मत्थे मन्निया, पैरां ते जोड़ा उतार दिता। भाई धर्म सिंह ने पुछया सच्चे पातशाह नंगे पैरी जाओगे? हाँ सतगुरु क्यों? ते कलगियां वाला पातशाह आखण लगा से बाबा कलगियां वाले पातशाह आखण लगे धर्म सिंह मैदान दे जंग दे विच मेरे सिंह शहीद होए पए ने, किसी का दमाला खुलिया किसी के केस खुले है, मैं नहीं चाहता हनेरी रात में मेरा जोड़े वाला पैर उन्होंने केसा के उत्ते रखे। अज सिखी मना मुही नालियां चुड़ रही है, सिखा के पुत जाके नाइया दुकाना से बहते हैं,
ਮੇਰਾ ਪ੍ਰਚਾਰ ਥੋੜਾ ਜਿਹਾ ਪ੍ਰਸੰਗ ਦੇ ਉਲਟ ਪਾਸੇ ਆ। ਕਲਗੀਆਂ ਵਾਲੇ ਪਾਸੇ ਨੇ ਤਾਂ ਜੋ ਕਰਨਾ ਅਸੀਂ ਕਰ ਦਿੱਤਾ, ਅਸੀਂ ਮਗਰ ਕੀ ਕਰਦੇ, ਸਾਡੇ ਹਾਲਾਤ ਪੂਰਾ ਕਿਹੋ ਜਿਹਾ। ਆਨੰਦਪੁਰ ਸਾਹਿਬ ਨੂੰ ਜਾਣਾ ਹੋਵੇ, ਫਤਿਹਗੜ੍ਹ ਸਾਹਿਬ ਨੂੰ ਜਾਣਾ ਹੋਵੇ ਤੇ ਸਿੱਖਾਂ ਦੇ ਮੁੰਡੇ ਤਾਜ਼ੀਆਂ ਸ਼ੇਵਾਂ ਕਰਾ ਕੇ ਜਾਂਦੇ ਨੇ, ਤਾਜ਼ੀਆਂ ਸ਼ੇਵਾਂ ਕਰਾ ਕੇ, ਤਾਜ਼ੇ ਬਾਲ ਕਟਿੰਗ ਕਰਾ ਕੇ, ਦਸਾਂ ਦਸਾਂ ਦੇ ਟੁੱਲ ਵੱਜ ਜਾਂਦੇ ਆ। ਜਾਣਾ ਬਈ ਆਪਾਂ ਮੋਟਰਸਾਈਕਲਾਂ 'ਤੇ ਜਾਓ, ਜੰਮ ਜੰਮ ਜਾਓ। ਪਰ ਤਬਦੀਲੀ ਪਤਾ ਕਿਹੜੀ ਹੈ, ਫਲਾਨੀ ਗਰਾਊਂਡ 'ਚ ਇਕੱਠੇ ਹੋਵਾਂਗੇ, ਉੱਥੋਂ ਇਕੱਠੇ ਹੋ ਕੇ ਤੁਰਾਂਗੇ। ਛੇ ਪਹੁੰਚ ਜਾਂਦੇ ਆ, ਚਾਰ ਪਿੱਛੇ ਰਹਿ ਜਾਂਦੇ ਆ। ਜਿਹੜੇ ਚਾਰ ਪਿੱਛੇ ਰਹਿੰਦੇ ਆ ਨਾ, ਉਹਨਾਂ ਨੂੰ ਟੈਲੀਫੋਨ ਕਰਦੇ ਆ, ਆ ਜਾਓ ਛੇਤੀ ਜਾਣਾ, ਤੇ ਉਹ ਪਤਾ ਕਿਉਂ ਕੀ ਕਹਿੰਦੇ ਆ, ਨਾਈ ਦੀ ਦੁਕਾਨ ਦੇ ਉੱਤੇ ਰੱਛ ਬਹੁਤ ਹੈ। ਜਾਣਾ ਆਨੰਦਪੁਰ ਸਾਹਿਬ ਨੂੰ, ਜਾਣਾ ਫਤਿਹਗੜ੍ਹ ਸਾਹਿਬ ਨੂੰ, ਤੇ ਤਾਜ਼ੀਆਂ ਸੇਵਾ ਕਰਾ ਕੇ ਕਿ ਇਹ ਮੂਠੀਆਂ ਵੇਖਣ ਵਾਸਤੇ ਸੱਚਾ ਪਾਤਸ਼ਾਹ ਸਾਨੂੰ ਉਡੀਕਦਾ, ਕਿ ਇਹੋ ਜਿਹਾ ਚਿਹਰੇ ਵੇਖਣ ਵਾਸਤੇ ਸੱਚਾ ਪਾਤਸ਼ਾਹ ਉਡੀਕਦਾ। ਸਤਿਗੁਰੂ ਸਾਨੂੰ ਕਹੂਗਾ ਜਾਂਦਿਆਂ ਨੂੰ, ਓਏ ਤੁਹਾਡੀ ਖਾਤਰ ਮੈਂ ਆਪਣਾ ਬਾਪ ਮਾਰ ਦਿੱਤਾ, ਤੁਹਾਡੀ ਖਾਤਰ ਮੈਂ ਆਪਣੀ ਮਾਤਾ ਮਾਰ ਦਿੱਤੀ, ਤੁਹਾਡੀ ਖਾਤਰ ਮੈਂ ਆਪਣੇ ਪੁੱਤ ਮਾਰ ਦਿੱਤੇ, ਤੁਹਾਡੀ ਖਾਤਰ ਮੈਂ ਆਪਣੇ ਮਾਮੇ ਮਾਰ ਦਿੱਤੇ, ਤੁਹਾਡੀ ਖਾਤਰ ਮੈਂ ਭੂਆ ਦੇ ਪੁੱਤ ਭਰਾ ਮਾਰ ਦਿੱਤੇ, ਆਹ ਮੂੰਹ ਵੇਖਣ ਵਾਸਤੇ। ਅਸੀਂ ਜਵਾਬ ਨਹੀਂ ਦੇ ਸਕਾਂਗੇ। ਸਤਿਗੁਰੂ ਨੇ ਜੋ ਕਰਨਾ ਸੀ ਕਰ ਦਿੱਤਾ, ਧਿਆਨ ਦਿਓ। ਕਲਗੀਆਂ ਵਾਲਾ ਪਾਤਸ਼ਾਹ, ਹਨੇਰੀ ਰਾਤ ਤੇ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ, ਨਿੱਕੀ ਨਿੱਕੀ ਕਣੀ ਦਾ। ਸਤਿਗੁਰੂ ਲੱਗੇ ਨੇ ਤੁਰਨ, ਬਦਲੇ ਤੋਂ ਬਿਜਲੀ ਲਿਸ਼ਕਰੀ ਗਈ। ਕਿੰਨੇ ਸਮੇਂ ਲਈ ਬਿਜਲੀ ਲਿਸ਼ਕਰੀ, ਆਪ ਵੀ ਸਾਰੇ ਜਾਣਦੇ ਹੋ। ਜਦੋਂ ਸਤਿਗੁਰੂ ਤੁਰਨ ਲੱਗੇ ਨਾ, ਇੱਕਦਮ ਬੱਦਲਾਂ ਦੇ ਵਿੱਚ ਬਿਜਲੀ ਦਾ ਝਟਕਾ ਮਾਰਿਆ। ਕਿੰਨੇ ਸਮੇਂ ਲਈ ਸਾਰਿਆਂ ਨੂੰ ਪਤਾ, ਪਰ ਇੰਨੇ ਸਮੇਂ ਵਾਸਤੇ ਸੱਚੇ ਪਾਤਸ਼ਾਹ ਨੇ ਕੀ ਵੇਖਿਆ ਕਿ ਭਾਈ ਦਇਆ ਸਿੰਘ ਜੁਝਾਰ ਸਿੰਘ ਦੀ ਲਾਸ਼ ਨੂੰ ਆਪਣੇ ਕੁਲਾਵੇ ਵਿੱਚ ਲੈ ਕੇ ਬੈਠਾ। ਭਾਈ ਦਇਆ ਸਿੰਘ ਰੋਣ ਲੱਗ ਗਿਆ ਤੇ ਰੋਂਦਾ ਹੋਇਆ ਭਾਈ ਦਇਆ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਨੂੰ ਕੁਝ ਕਹਿਣ ਦਾ ਯਤਨ ਕਰਦਾ। ਹੋ ਬੱਦਲਾਂ ਚ ਬਿਜਲੀ ਝਮਕੇ ਸੀਗੀ ਮਹਾਰਾਜੀ, ਪਈ ਲਸ਼ਕੋਰ ਜਾਂ ਖੁਸ਼ਹਿਰੀ ਦਈ ਤਾਰ ਦੀ, ਦਇਆ ਸਿੰਘ ਵੱਲ ਨਿਗਾਹ ਗਈ ਜਹਾਂ ਦਤਾਰ ਦੀ, ਗੋਦ ਵਿੱਚ ਲਈ ਬੈਠਾ ਲਾਸ਼ ਸੀ ਜੁਝਾਰ ਦੀ, ਮੌਤ ਦੇ ਨਸ਼ੇ ਦੇ ਵਿੱਚ ਜ਼ਿੰਦਗੀ ਸੀ ਝੂਮਦੀ, ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਸੂਮਦੀ। ਹਾਂ ਬਾਜਾਂ ਵਾਲਿਆ ਸੁਨਹਿਰੀ ਬਾਜਾਂ ਵਾਲਿਆ, ਕਿੰਨੇ ਚਾਵਾਂ ਨਾਲ ਤੇ ਪੁੱਤਾਂ ਨੂੰ ਸੀ ਪਾਲਿਆ, ਗਰੀਬ ਬਾਬੇ ਦੁਨੀਆ ਤੇ ਆਏ ਨੇ, ਕੱਫਣੋਂ ਬਗੈਰ ਦੱਸ ਕਿਹਦੇ ਪੁੱਤ ਜਾਏ ਨੇ। ਸੱਚੇ ਪਾਤਸ਼ਾਹ, ਗਰੀਬ ਤੋਂ ਗਰੀਬ ਮਾਂ ਬਾਪ ਦੁਨੀਆ ਤੇ ਆਇਆ ਤੇ ਆਖਰ ਵੇਲੇ ਦੋ ਗਿੱਠਾਂ ਕਿਸੇ ਨੂੰ ਕੱਫਣ ਨਹੀਂ ਨਸੀਬ ਹੋਇਆ, ਇਹ ਤੇਰੀ ਔਲਾਦ ਹੈ ਕਿਸੇ ਹੋਰ ਬਾਪ ਦਾ ਬੱਚਾ ਨਹੀਂ। ਸੱਚੇ ਪਾਤਸ਼ਾਹ, ਮੈਂ ਇੱਕ ਬੇਨਤੀ ਕਰਾਂ ਸੰਗਤ ਪ੍ਰਤੀ, ਆਖਰੀ ਕਵਿਤਾ ਜਦੋਂ ਗਾਵਾਂਗੇ ਨਾ, ਤੁਸੀਂ ਜਿੰਨਾ ਮਰਜ਼ੀ ਮਾਣ ਪਾਣ ਕਰ ਲਓ ਜਥੇ ਦਾ, ਪਰ ਹੁਣ ਚੱਲਦੇ ਪ੍ਰੋਗਰਾਮ ਵਿੱਚੋਂ ਪੈਸੇ ਦੇਣ ਵਾਸਤੇ ਵੀ ਨਾ ਉੱਠੋ, ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਮੇਰਾ ਧਿਆਨ ਉੱਠ ਜਾਂਦਾ ਤੇ ਸ਼ਹਾਦਤ ਵੇਖੋ ਕੈਸੀ ਸਾਹਿਬ ਜਾਂਦਾ, ਗੱਲ ਵੇਖੋ ਕਿੱਥੇ ਖੜੀ ਹੈ। ਤੁਸੀਂ ਪੈਸੇ ਦਿੰਦੇ ਚੰਗੇ ਨਹੀਂ ਲੱਗਦੇ, ਮੈਂ ਪੈਸੇ ਲੈਂਦਾ ਚੰਗਾ ਨਹੀਂ ਲੱਗਦਾ। ਆਖਰੀ ਕਵਿਤਾ ਗਾਵਾਂਗੇ, ਤੁਸੀਂ ਇਤਿਹਾਸ ਦਾ ਮਾਣ ਪਾਣ ਕਰਨਾ ਜਿੰਨਾ ਮਰਜ਼ੀ ਕਰ ਲਿਓ, ਪਰ ਹੁਣ ਥੋੜ੍ਹਾ ਜਿਹਾ ਟਿਕਾਓ ਦੋ। ਭਾਈ ਦਇਆ ਸਿੰਘ ਦਾ ਸੱਚੇ ਪਾਤਸ਼ਾਹ, ਮੈਂ ਇਹਨਾਂ ਨੂੰ ਗੋਦੀ ਚੁੱਕ ਚੁੱਕ ਕੇ ਖਡਾਉਂਦਾ, ਮੈਂ ਇਹਨਾਂ ਨੂੰ ਤੀਰਾਂ ਦੇ ਨਾਲ ਤੀਰਅੰਦਾਜ਼ੀ ਸਿਖਾਉਂਦਾ ਰਿਹਾ, ਪਰ ਅੱਜ ਮੇਰੇ ਕੋਲ ਇਹਨਾਂ ਦੇ ਲਹੂ ਨਾਲ ਭਿੱਜੇ ਚਿਹਰੇ ਵੇਖੇ ਨਹੀਂ ਜਾਂਦੇ। ਕਿਰਪਾ ਕਰੋ, ਮੈਨੂੰ ਆਗਿਆ ਦੇ ਦਿਓ, ਜੇ ਤੁਸੀਂ ਨਹੀਂ ਕੁਝ ਕਰਨਾ ਤੇ ਮੈਨੂੰ ਇੱਕ ਗੱਲ ਦੀ ਆਗਿਆ ਦੇ ਦਿਓ, ਮੈਂ ਇੱਕ ਸੇਵਾ ਕਰ ਲਵਾਂ। ਉਹ ਕਿਹੜੀ ਸੇਵਾ? ਭਾਈ ਦਇਆ ਸਿੰਘ ਕਰ ਲਿਆ, ਹੋ ਚਿੱਤ ਕਰੇ ਦਾਦਾ ਥੋੜਾ ਪਿਆਰ ਜਿੱਤ ਲਾ ਦਿਆ, ਸਿਰ ਤੋਂ ਫੋਟੋ ਦੇ ਬਣਾ ਦਿਆ, ਅੱਧਾ ਅੱਧਾ ਮੋਹਾਂ ਦੇ ਸਰੀਰਾਂ ਉੱਤੇ ਪਾ ਦਿਆ, ਨਭਾਈ ਦੀ ਜੋ ਆਖਰੀ ਉਹ ਦੱਸ ਮਨਵਾ ਦਿਆ, ਲੱਗਾ ਦਾਦਾ ਦੱਸ ਤੂੰ ਪਿੱਛੇ ਕਿਹੜੀ ਗੱਲ ਦੇ, ਬੱਚਿਆਂ ਦਾ ਦੁੱਖ ਤਾਂ ਪੱਖੇ ਨੂੰ ਵੀ ਨਹੀਂ ਝੱਲ ਦੇ। ਸੱਚੇ ਪਾਤਸ਼ਾਹ, ਇਹਨਾਂ ਬੱਚਿਆਂ ਦਾ ਦੁੱਖ ਤੇ ਪਸ਼ੂ ਪੰਛੀਆਂ ਨੇ ਨਹੀਂ ਝੱਲਿਆ, ਤੂੰ ਤੇ ਫਿਰ ਵੀ ਇਨਸਾਨ। ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਭਾਈ ਦਇਆ ਸਿੰਘ ਨੂੰ
ਉਹਦੀ ਗੱਲ ਦਾ ਜਵਾਬ ਪਤਾ ਕੀ ਦਿੱਤਾ? ਉਹ ਬੋਲੇ ਵਿਸ਼ੇਸ਼ ਪਤੋ ਜਰਾ ਲਲਕਾਰ ਕੇ ਲੈਣਾ ਕੀ ਇਹ ਸਿੰਘਾ ਮੇਰੇ ਪੁੱਤਾਂ ਨੂੰ ਬਿਹਾਰ ਕੇ ਵੇਖਣਾ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਣਾ ਮਾਰ ਕਫਣਾ ਨੂੰ ਲੋੜ ਦੇ ਇਹਦਾ ਹੀ ਵਿਸ਼ਾਲਾ ਇਹਦੇ ਮੁੱਖ ਉੱਤੇ ਮੋਹਰ ਦੇ ਦਇਆ ਸਿੰਘਾਂ ਮੋਦੀਆਂ ਕਹਿੰਦੇ ਹੀ ਜਾਂਦੇ ਥੰਮੀਆਂ ਸਿੱਖੀ ਦੀਆਂ ਬਾਟਾਂ ਅਜੇ ਹੋਰ ਵੀ ਨਹੀਂ ਰਾਹੀ ਕੋਈ ਪਰਿਸਥਿਤੀ ਦਾ ਮੰਜ਼ਿਲਾਂ ਦਾ ਮੰਜ਼ਿਲ ਇਸ ਤਰ੍ਹਾਂ ਮਕਾਉਂ ਦਾ ਵੇਖਿਆ ਨਹੀਂ ਉਹ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲੱਟਾਂ ਦਾ ਕੋਈ ਵੇਖਿਆ ਨਹੀਂ ਵੇਖਿਆ ਨਹੀਂ ਗੀਤ ਖੁਸ਼ੀ ਦੇ ਗਾਉਂਦਾ ਕੋਈ ਵੇਖਿਆ ਨਹੀਂ ਤਾੜੀ ਮਾਰ ਕੇ ਕਰਦੀ ਵਾਲਾ ਪਾਛਾ ਚਮਕੌਰ ਦੀ ਗੜੀ ਤੋਂ ਤੁਰ ਪਿਆ ਕੰਡਿਆਲੀਆਂ ਝਾੜੀਆਂ ਹਨੇਰੀ ਨਾਲ ਕੰਡਿਆਂ ਵਿੱਚ ਫਸ ਫਸ ਕੇ ਗਿਆਨਾਂ ਦੀ ਰਲੀਲ ਹੋ ਗਿਆ ਮਾਛੀ ਵੜ ਕੇ ਜੰਗਲ ਵਿੱਚ ਪਹੁੰਚ ਜ਼ਿੰਦਗੀ ਵਿੱਚ ਕਰਦੀਆਂ ਵਾਲੇ ਪਾਛਾਂ ਨੇ ਕੁਝ ਪਲ ਇਕੱਲਿਆਂ ਨੇ ਜੇ ਗੁਜ਼ਾਰੇ ਨਾ ਤਾਂ ਉਹ ਹਨ ਮਾਛੀ ਵਾੜੇ ਦਾ ਚੱਕਰ ਕਿਉਂਕਿ ਬਚਪਨ ਵਿੱਚ ਮਾਂ ਦੀ ਗੋਦੀ ਦਾ ਪਿਆਰ ਜਵਾਨੀ ਵਿੱਚ ਪੰਜ ਪਿਆਰੇ ਅੰਗ ਸੰਗ ਜੇ ਇਕੱਲਿਆਂ ਨੇ ਕੁਝ ਸਮਾਂ ਬਿਤਾਇਆ ਨਾ ਤਾਂ ਉਹ ਹੈ ਮਾਛੀ ਵਾੜੇ ਦਾ ਜੰਗਲ ਥੱਕੇ ਟੁੱਟੇ ਮਾਹੀ ਨੂੰ ਭੁੱਖ ਲੱਗੀ ਛੱਤੀ ਪ੍ਰਕਾਰ ਦਾ ਭੋਜਨ ਖਾਣ ਵਾਲਿਓ ਕਲਗੀਆਂ ਵਾਲੇ ਪਾਤਸ਼ਾਹ ਨੇ ਅੱਕ ਦੀਆਂ ਕੂੰਬਲਾਂ ਤੋੜ ਕੇ ਖਾਧੀਆਂ ਖੂਹ ਤੋਂ ਟਿੰਡ ਭਰ ਕੇ ਪਾਣੀ ਵੀ ਪੀਤੀ ਉਹ ਟਿੰਡ ਸਿਰਾਣੇ ਰੱਖੀ ਘਰ ਛੱਡ ਦਿੱਤਾ ਮਹਿਲ ਛੱਡ ਦਿੱਤੇ ਕਿਲੇ ਛੱਡ ਦਿੱਤੇ ਸਿੰਘ ਛੱਡ ਦਿੱਤੇ ਬੱਚੇ ਬਾਲ ਦਿੱਤੇ ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਸਦਾ ਦੇ ਸਾਥ ਸ੍ਰੀ ਸਾਹਿਬ ਨੇ ਇੱਕ ਦੇ ਨਾਲ ਤੇਗ ਲੱਗੀ ਹੈ ਦਰਦਾਂ ਭਰਿਆ ਸਾਧਕ ਆਇਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਕਿਸੇ ਕਵੀ ਦੇ ਹੱਥ ਫਲੀ ਕਲਮ ਰੋਣ ਲੱਗ ਗਈ ਕਿਹੜੀ ਮਾਂ ਦਾ ਜਨਿਆ ਹੈ ਕਿਹੜੀ ਮਿੱਟੀ ਦਾ ਬਣਿਆ ਸਾਰਾ ਕੁਝ ਮਾਰ ਕੇ ਹਾਲੇ ਵੀ ਕਹੀ ਜਾ ਰਿਹਾ ਕਿ ਇਹ ਅਕਾਲ ਪੁਰਖ ਤੇਰੇ ਦਿੱਤੇ ਜੀਵਨ ਦਾ ਮੈਂ ਕਰਜ਼ਾ ਕਿਵੇਂ ਮੋੜਾਂ ਕਿਵੇਂ ਕਰਜ਼ਾ ਪਾ ਕੁਝ ਗੀਤ ਦੁਨੀਆਂ ਦੇ ਵਿੱਚ ਯਾਦਗਾਰਾਂ ਬਣ ਜਾਂਦੇ ਨੇ ਜਿਵੇਂ ਅਮਰ ਸਿੰਘ ਸ਼ੌਕੀ ਜੀ ਦਾ ਗੀਤ ਆ ਬਹੁਤ ਪ੍ਰਚਲਿਤ ਹੋਇਆ ਛੋਟੇ ਲਾਲ ਦੋ ਪਿਆਰੇ ਪਿਛਲੇ ਸਰਸਾ ਦੇ ਕਿਨਾਰੇ ਜਿਹੜੀ ਕਵਿਤਾ ਆਉਣ ਵਾਲੀ ਆਪਣਾ ਲੇਖਣ ਆਪ ਕਰੇਗੀ ਮੇਰੇ ਘਰ ਦੀ ਸਾਥੀ ਦਵਿੰਦਰ ਸਿੰਘ ਦਲਾਜ ਉਹਦੀ ਕਲਮ ਤੋਂ ਲਿਖੀ ਹੋਈ ਹੈ ਵਾਹਵਾ ਢਾਡੀਆਂ ਦੇ ਕੋਲੋਂ ਤੁਸੀਂ ਆਪ ਜੀ ਇਹ ਕਵਿਤਾ ਅਕਸਰ ਸੁਣਦੇ ਰਹਿੰਦੇ ਹੋ ਕਿਉਂਕਿ ਜਿਹੜੀਆਂ ਮਿੱਠੀਆਂ ਕਵਿਤਾ ਮਿੱਠੇ ਬੋਲ ਹੋਣ ਦਿਲ ਨੂੰ ਟੁੰਬਣ ਵਾਲੀਆਂ ਬਾਤਾਂ ਹੋਣ ਉਹ ਜਵਾਨ ਦੇ ਉੱਤੇ ਚੜ ਜਾਂਦੀਆਂ ਬੜੀਆਂ ਕਾਬਲੇ ਗਾਉਂ ਮੈਨਾਂ ਤੇ ਕਾਬਲੇ ਗਾਉਂਦਾ ਵਿੱਚ ਮਾਛੀ ਵੜ ਦੇ ਜੰਗ ਦਾ ਹਾਲ ਢਾਡੀ ਦੇ ਥਾਪਿਆਂ ਸਨਮੁਖੇ